ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਨਮ 23 ਅਗਸਤ 1967 ਨੂੰ ਲੁਧਿਆਣਾ ਜ਼ਿਲ੍ਹਾ ਦੇ ਰਾਏਕੋਟ 'ਚ ਪੈਂਦੇ ਰਾਜੋਆਣਾ ਕਲਾਂ ਪਿੰਡ 'ਚ ਇੱਕ ਮੱਧ ਵਰਗੀ ਪਰਿਵਾਰ 'ਚ ਪਿਤਾ ਮਲਕੀਤ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਹੋਇਆ। ਪਰਿਵਾਰ 'ਚ ਭਾਈ ਸਾਹਿਬ ਦੇ ਇੱਕ ਵੱਡੇ ਭਰਾ ਭਾਈ ਕੁਲਵੰਤ ਸਿੰਘ ਵੀ ਨੇ। ਖਾੜਕੂਵਾਦ ਦੇ ਦੌਰਾਨ ਭਾਈ ਸਾਹਿਬ ਦੇ ਪਿਤਾ ਦਾ ਦਹਿਸ਼ਤਗਰਦਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਪਰ ਭਾਈ ਸਾਹਿਬ ਦੇ ਪਰਿਵਾਰ ਦਾ ਇਹ ਮੰਨਣਾ ਹੈ ਕਿ ਪਿਤਾ ਦਾ ਕਤਲ ਲੁਟੇਰਿਆਂ ਵੱਲੋਂ ਕੀਤਾ ਗਿਆ। ਪੜ੍ਹਾਈ ਦੀ ਗੱਲ ਕਰੀਏ ਤਾਂ ਮੁੱਢਲੀ 5ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਅਤੇ 10ਵੀਂ ਦੀ ਪੜ੍ਹਾਈ ਹੇਰਾਂ ਦੇ ਸਕੂਲ ਤੋਂ ਕੀਤੀ। BA ਦੀ ਪੜ੍ਹਾਈ ਲਈ ਭਾਈ ਰਾਜੋਆਣਾ ਨੇ ਸੁਧਾਰ ਦੇ ਗੁਰੂਸਰ ਕਾਲਜ 'ਚ ਦਾਖਲਾ ਲਿਆ। ਭਾਈ ਰਾਜੋਆਣਾ ਬਹੁਤ ਹੀ ਸ਼ਾਂਤ ਸੁਭਾਅ ਦੇ ਰਹੇ ਅਤੇ ਬਚਪਨ ਤੋਂ ਗਜ਼ਲਾਂ, ਨਾਵਲ ਅਤੇ ਕਿਤਾਬਾਂ ਪੜ੍ਹਨ ਦੇ ਕਾਫ਼ੀ ਸ਼ੌਕੀਨ ਸੀ। ਖੜਕੂਵਾਦ ਦੌਰਾਨ ਪਿਤਾ ਦੀ ਮੌਤ ਕਾਰਨ ਪੀੜਤਾਂ ਨੂੰ ਰਾਹਤ ਦੇਣ ਦੀ ਸਕੀਮ ਅੰਡਰ ਸਰਕਾਰ ਵੱਲੋਂ ਭਾਈ ਸਾਹਿਬ ਨੂੰ ਪੰਜਾਬ ਪੁਲਿਸ ਵਿੱਚ ਪਟਿਆਲੇ ਨੌਕਰੀ ਮਿਲੀ। ਨੌਕਰੀ ਕਰਨ ਦੇ ਦੌਰਾਨ ਹੀ ਭਾਈ ਸਾਹਿਬ ਦਾ ਮੇਲ ਭਾਈ ਦਿਲਾਵਰ ਸਿੰਘ ਨਾਲ ਹੋਇਆ। ਇਸ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ 'ਤੇ ਓਪਰੇਸ਼ਨ ਬਲੂ ਸਟਾਰ ਦੇ ਤਹਿਤ ਹਮਲਾ ਕਰ ਦਿੱਤਾ ਗਿਆ। ਸਿੱਖਾਂ ਦੀ ਸਭ ਤੋਂ ਪਵਿੱਤਰ ਥਾਂ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਨਾਲ ਹਰ ਸਿੱਖ ਅਤੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੇ ਮਨਾਂ 'ਤੇ ਬਹੁਤ ਡੂੰਘਾ ਅਸਰ ਪਿਆ। ਭਾਈ ਸਾਹਿਬ ਵੀ ਇਸ ਹਮਲੇ ਤੋਂ ਬਾਅਦ ਚੁੱਪਚਾਪ ਰਹਿਣ ਲੱਗ ਗਏ। ਸ਼੍ਰੀ ਹਰਿਮੰਦਰ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ ਸਰਕਾਰ ਖਿਲਾਫ਼ ਗੁੱਸਾ ਦੇਖ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਕਿ ਜੇ ਕੋਈ ਵੀ ਇਸ ਹਮਲੇ ਦੇ ਖਿਲਾਫ਼ ਆਵਾਜ਼ ਚੁੱਕਦਾ ਹੈ ਤਾਂ ਉਸ ਆਵਾਜ਼ ਨੂੰ ਦਬਾ ਦਿੱਤਾ ਜਾਵੇ। ਸਰਕਾਰ ਦੇ ਇਸ ਆਰਡਰ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਕਰਪਟ ਅਫਸਰਾਂ ਨੇ ਤਰੱਕੀ ਦੇ ਲਾਲਚ 'ਚ ਬੇਕਸੂਰ ਨੌਜਵਾਨਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਥਾਣਿਆਂ 'ਚ ਉਹਨਾਂ 'ਤੇ ਅੰਨਾ ਤਸ਼ੱਦਰ ਢਾਇਆ ਜਾਂਦਾ ਅਤੇ ਉਹਨਾਂ ਨੂੰ ਖਾੜਕੂ 10 ਐਨਕਾਊਂਟਰ ਬਣਾ ਦਿੰਦੇ। ਅਤੇ ਇਹ ਸਭ ਸਿਰਫ ਨੌਜਵਾਨ ਮੁੰਡਿਆਂ ਨਾਲ ਹੀ ਨਹੀਂ ਸਗੋਂ ਕੁੜੀਆਂ ਨਾਲ ਵੀ ਹੋ ਰਿਹਾ ਸੀ। ਥਾਣਿਆਂ 'ਚ ਉਹਨਾਂ ਨਾਲ ਕਈ ਪੁਲਿਸ ਵਾਲਿਆਂ ਵੱਲੋਂ ਸਮੂਹਿਕ ਬਲਾਤਕਾਰ ਕੀਤੇ ਜਾਂਦੇ ਅਤੇ ਕੌਮ 'ਤੇ ਹੋ ਰਹੇ ਜ਼ੁਲਮ ਅਤੇ ਧੱਕੇ ਭਾਈ ਸਾਹਿਬ ਦੇ ਦਿਲ 'ਚ ਅੱਗ ਲਾ ਰਹੇ ਸੀ। ਇਸੇ ਦੌਰਾਨ ਭਾਈ ਬਲਵੰਤ ਸਿੰਘ ਅਤੇ ਭਾਈ ਦਿਲਾਵਰ ਸਿੰਘ ਦੇ ਖਾਸ ਦੋਸਤ ਜਿਨ੍ਹਾਂ ਦਾ ਨਾਮ ਹਰਵਿੰਦਰ ਸਿੰਘ ਗੋਲਡੀ ਸੀ, ਉਹਨਾਂ ਦਾ ਅਤੇ ਉਹਨਾਂ ਦੀ ਇੱਕ ਭੈਣ ਦਾ ਵੀ ਪੰਜਾਬ ਪੁਲਿਸ ਵੱਲੋਂ ਮੁਕਾਬਲਾ ਬਣਾ ਦਿੱਤਾ ਗਿਆ। ਭਾਈ ਰਾਜੋਆਣਾ ਦੇ ਦਿਲ 'ਚ ਦੋਸਤ ਦੇ ਝੂਠੇ ਮੁਕਾਬਲੇ ਨਾਲ ਡੂੰਘੀ ਸੱਟ ਵੱਜੀ। ਪੰਜਾਬ 'ਚ ਹੋ ਰਹੇ ਮਾੜੇ ਕੰਮ ਰੋਕਣ ਲਈ ਭਾਈ ਬਲਵੰਤ ਸਿੰਘ ਅਤੇ ਭਾਈ ਦਿਲਾਵਰ ਨੇ ਪੰਜਾਬ ਦੇ CM ਬੇਅੰਤ ਸਿੰਘ ਨੂੰ ਮਾਰਨ ਦਾ ਫੈਸਲਾ ਕੀਤਾ। November 1994 'ਚ ਭਾਈ ਰਾਜੋਆਣਾ ਅਤੇ ਭਾਈ ਦਿਲਾਵਰ ਦੀ ਮੁਲਾਕਾਤ ਭਾਈ ਵਧਾਵਾ ਸਿੰਘ, ਭਾਈ ਮਾਲ ਸਿੰਘ ਅਤੇ ਭਾਈ ਜਗਤਾਰ ਸਿੰਘ ਹਵਾਰਾ ਨਾਲ ਹੋਈ, ਜਿੱਥੇ ਪੰਜਾਬ ਦੇ CM ਬੇਅੰਤ ਸਿੰਘ ਨੂੰ ਮਾਰਨ ਦੀ ਤਰਕੀਬ ਬਣਾਈ ਗਈ। 30 ਅਗਸਤ 1995 ਨੂੰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਬੇਅੰਤ ਸਿੰਘ ਨੂੰ ਮਾਰਨ ਲਈ ਸੈਕਟਰੀਏਟ ਵੱਲ ਨੂੰ ਵਧੇ। ਰਸਤੇ 'ਚ ਭਾਈ ਜਗਤਾਰ ਸਿੰਘ ਹਵਾਰਾ ਉੱਤਰ ਗਏ ਅਤੇ ਬਾਕੀ ਤਿੰਨੋਂ ਸੈਕਟਰੀਏਟ ਪਹੁੰਚੇ, ਜਿੱਥੇ ਜਾ ਕੇ ਪਤਾ ਲੱਗਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਜਲਦੀ ਚਲੇ ਗਏ ਨੇ। ਫਿਰ ਦਿਨ ਆਇਆ 31 ਅਗਸਤ ਦਾ। ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਾਜੋਆਣਾ ਦੋਨੋਂ ਸਕੂਟਰ 'ਤੇ ਸੈਕਟਰੀਏਟ ਪਹੁੰਚੇ, ਜਿੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਬੇਅੰਤ ਸਿੰਘ ਅੱਜ ਸੈਕਟਰੀਏਟ 'ਚ ਹੀ ਨੇ, ਤਾਂ ਦੋਨੋਂ ਭਾਈ ਦਿਲਾਵਰ ਸਿੰਘ ਨੂੰ ਲੈਣ ਪਹੁੰਚੇ। ਮੁੱਖ ਮੰਤਰੀ ਬੇਅੰਤ ਸਿੰਘ ਨੂੰ ਭਾਈ ਰਾਜੋਆਣਾ ਅਤੇ ਭਾਈ ਦਿਲਾਵਰ ਸਿੰਘ ਵਿੱਚੋਂ ਕੌਣ ਮਾਰੇਗਾ, ਇਸ ਦਾ ਫੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਦੋਨਾਂ ਨੇ ਇਸ ਦਾ ਫੈਸਲਾ ਇੱਕ ਸਿੱਕੇ ਨਾਲ ਟੋਸ ਕਰਕੇ ਲਿਆ ਸੀ ਅਤੇ ਇਹ ਟੋਸ ਭਾਈ ਦਿਲਾਵਰ ਸਿੰਘ ਨੇ ਜਿੱਤਿਆ ਸੀ ਅਤੇ ਇਸ ਬਾਰੇ ਕਈ ਥਾਵਾਂ 'ਤੇ ਜ਼ਿਕਰ ਵੀ ਕੀਤਾ ਗਿਆ। ਭਾਈ ਰਾਜੋਆਣਾ ਨੇ ਭਾਈ ਦਿਲਾਵਰ ਸਿੰਘ ਦੇ ਆਪ ਬੰਬ ਬੰਨਿਆ ਅਤੇ ਇੱਕ ਬੰਬ ਆਪਣੇ ਖੁਦ ਦੇ ਬੰਨ ਲਿਆ, ਤਾਂ ਜੋ ਜੇ ਭਾਈ ਦਿਲਾਵਰ ਸਿੰਘ ਕਾਮਯਾਬ ਨਾ ਹੋਣ ਤਾਂ ਉਹ ਬੇਅੰਤ ਸਿੰਘ ਦਾ ਸੌਦਾ ਲਾ ਸਕਣ। ਫਿਰ ਭਾਈ ਜਗਤਾਰ ਸਿੰਘ ਅਤੇ ਭਾਈ ਦਿਲਾਵਰ ਸੈਕਟਰੀਏਟ ਵੱਲ ਆਪਣੇ ਕੰਮ ਨੂੰ ਅੰਜਾਮ ਦੇਣ ਲਈ ਤੁਰ ਪਏ। ਸੈਕਟਰੀਏਟ ਪਹੁੰਚੇ ਤਾਂ ਭਾਈ ਜਗਤਾਰ ਸਿੰਘ ਬਾਹਰ ਆ ਗਏ ਅਤੇ ਪੁਲਿਸ ਦੀ ਵਰਦੀ 'ਚ ਭਾਈ ਦਿਲਾਵਰ ਸਿੰਘ ਮੁੱਖ ਮੰਤਰੀ ਨੂੰ ਬਾਹਰ ਆਉਂਦੇ ਦੇਖ ਉਹਨਾਂ ਵੱਲ ਨੂੰ ਵੱਧ ਗਏ। ਮੁੱਖ ਮੰਤਰੀ ਆਪਣੇ ਸਿਕਿਉਰਿਟੀ ਨਾਲ ਸੀ, ਪਰ ਕਿਸੇ ਨੂੰ ਵੀ ਭਾਈ ਦਿਲਾਵਰ 'ਤੇ ਸ਼ੱਕ ਨਹੀਂ ਹੋਇਆ ਅਤੇ ਨੇੜੇ ਪਹੁੰਚਣ 'ਤੇ ਭਾਈ ਦਿਲਾਵਰ ਸਿੰਘ ਨੇ ਬੰਬ ਟ੍ਰਿਗਰ ਕਰ ਦਿੱਤਾ। ਧਮਾਕਾ ਹੋਇਆ ਅਤੇ 1 ਸੈਕਿੰਡ ਅੰਦਰ ਹੀ ਸਾਰਾ ਮਾਹੌਲ ਬਦਲ ਚੁੱਕਾ ਸੀ। ਸ਼ਾਮ ਦੇ 5:13 'ਤੇ ਇਹ ਧਮਾਕਾ ਹੋਇਆ ਸੀ। ਇਸ ਬੰਬ ਧਮਾਕੇ 'ਚ ਭਾਈ ਦਿਲਾਵਰ ਸਿੰਘ,
ਤੇ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ 17 ਜਣਿਆਂ ਦੀ ਮੌਤ ਹੋਈ। 24 ਦਸੰਬਰ 1995 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਭਾਈ ਰਾਜੋਆਣਾ ਨੇ ਇਸ ਕਤਲਕਾਂਡ 'ਚ ਆਪਣੀ ਸ਼ਮੂਲੀਅਤ ਨੂੰ ਕਬੂਲ ਕਰ ਲਿਆ। ਭਾਈ ਸਾਹਿਬ ਵੱਲੋਂ ਦਿੱਤੇ ਗਏ ਬਿਆਨ 'ਚ ਇਹ ਕਿਹਾ ਗਿਆ ਕਿ ਓਪਰੇਸ਼ਨ ਬਲੂ ਸਟਾਰ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇ ਆਮ ਦਾ ਸਰਕਾਰ ਵੱਲੋਂ ਕੋਈ ਇਨਸਾਫ਼ ਨਾ ਕੀਤੇ ਜਾਣ 'ਤੇ ਉਹਨਾਂ ਨੇ ਨਿਰਾਸ਼ ਹੋ ਕੇ ਇਸ ਦਾ ਬਦਲਾ ਲਿਆ। ਬੇਅੰਤ ਸਿੰਘ ਕਤਲ ਮਾਮਲੇ 'ਚ CBI ਦੀ ਵਿਸ਼ੇਸ਼ ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 1 ਅਗਸਤ 2007 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, ਜਿਸ ਮਗਰੋਂ ਭਾਈ ਸਾਹਿਬ ਨੇ ਹਾਈ ਕੋਰਟ 'ਚ ਇਹ ਕਹਿ ਕੇ ਅਪੀਲ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਨੂੰ ਭਾਰਤੀ ਨਿਆਂ ਪ੍ਰਣਾਲੀ 'ਤੇ ਯਕੀਨ ਨਹੀਂ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਜੋ ਵੀ ਕੀਤਾ ਹੈ ਉਹ ਬਿਲਕੁਲ ਠੀਕ ਸੀ, ਉਸਦਾ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਅਫਸੋਸ ਨਹੀਂ ਹੈ। 31 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਹੋਣੀ ਸੀ। ਆਪਣੀ ਆਖਰੀ ਇੱਛਾ 'ਚ ਭਾਈ ਸਾਹਿਬ ਨੇ ਆਪਣੀਆਂ ਅੱਖਾਂ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਲਖਵਿੰਦਰ ਸਿੰਘ ਨੂੰ ਦਾਨ ਦੇਣ ਦੀ ਇੱਛਾ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਕਿਡਨੀ ਅਤੇ ਸਰੀਰ ਦੇ ਹੋਰ ਅੰਗ ਜੋ ਜ਼ਰੂਰਤਮੰਦਾਂ ਦੇ ਕੰਮ ਆ ਸਕਣ ਉਹ ਦਾਨ ਕਰਨ ਦੀ ਵੀ ਇੱਛਾ ਜ਼ਾਹਿਰ ਕੀਤੀ। ਸ਼੍ਰੋਮਣੀ ਗੁਰਦੁਆਰਾ ਕਮੇਟੀ, ਅਕਾਲੀ ਦਲ ਅਤੇ ਹਿਊਮਨ ਰਾਈਟਸ ਔਰਗਨਾਈਜੇਸ਼ਨ ਵੱਲੋਂ ਭਾਈ ਸਾਹਿਬ ਦੀ ਫਾਂਸੀ ਦਾ ਪੂਰੇ ਜ਼ੋਰ ਨਾਲ ਵਿਰੋਧ ਕੀਤਾ ਗਿਆ, ਜਿਸ ਮਗਰੋਂ ਉਸ ਵੇਲੇ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ 'ਤੇ ਭਾਈ ਸਾਹਿਬ ਦੀ ਫਾਂਸੀ ਦੀ ਸਜ਼ਾ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਸੀ। ਭਾਰਤੀ ਕਾਨੂੰਨ ਦੇ ਇਤਿਹਾਸ 'ਚ ਇਹੋ ਜਿਹਾ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਦੇ ਲਈ ਜਾਰੀ ਕੀਤੇ ਗਏ ਬਲੈਕ ਵਾਰੰਟ 'ਤੇ ਅਮਲ ਹੋਣ ਤੋਂ ਕੁਝ ਸਮਾਂ ਪਹਿਲਾਂ ਉਸ ਇਨਸਾਨ ਦੀ ਫਾਂਸੀ ਦੀ ਸਜ਼ਾ ਰੋਕ ਦਿੱਤੀ ਗਈ ਹੋਵੇ। ਸਜ਼ਾ 'ਤੇ ਰੋਕ ਲਾਏ ਜਾਣ ਮਗਰੋਂ ਭਾਈ ਸਾਹਿਬ ਨੇ ਕਿਹਾ ਕਿ ਮੈਂ ਆਪਣਾ ਜੀਵਨ ਸਿੱਖ ਪੰਥ ਅਤੇ ਆਪਣੇ ਕੌਮ ਦੇ ਲੇਖੇ ਲਾ ਦਿੱਤਾ ਹੈ, ਸੋ ਫਾਂਸੀ ਦੀ ਸਜ਼ਾ 'ਤੇ ਰੋਕ ਲਗਾਉਣ ਨਾਲ ਮੈਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਮੈਂ ਜੋ ਕੀਤਾ ਉਹ ਠੀਕ ਕੀਤਾ ਹੈ। ਮੈਨੂੰ ਕਿਸੇ ਵੀ ਸਮੇਂ ਫਾਂਸੀ ਦਿੱਤੀ ਜਾਵੇ ਮੈਂ ਤਿਆਰ ਹਾਂ। ਉੱਪਰ ਵਾਲਾ ਜਦੋਂ ਤੱਕ ਚਾਹੇਗਾ ਮੇਰੇ ਸਾਹ ਚੱਲਣਗੇ ਅਤੇ ਫਾਂਸੀ ਟਾਲੇ ਜਾਣ 'ਤੇ ਮੇਰੀ ਖੁਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝਿਆ ਜਾਵੇ। ਇਹ ਸਿੱਖ ਕੌਮ ਅਤੇ ਪੰਥ ਦੀ ਜਿੱਤ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ 'ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭਾਈ ਸਾਹਿਬ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ ਗਿਆ। ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਨੇ, ਪਰ ਅਜੇ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਭਾਈ ਸਾਹਿਬ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਸੀ। ਭੈਣ ਕਮਲਦੀਪ ਕੌਰ, ਭਾਈ ਬਲਵੰਤ ਸਿੰਘ ਅਤੇ ਭਾਈ ਦਿਲਾਵਰ ਸਿੰਘ ਦੇ ਖਾਸ ਦੋਸਤ ਹਰਵਿੰਦਰ ਸਿੰਘ ਗੋਲਡੀ, ਜਿਨ੍ਹਾਂ ਦਾ ਪੰਜਾਬ 'ਚ ਮਾੜੇ ਮਾਹੌਲ ਦੇ ਦੌਰਾਨ ਉਹਨਾਂ ਦੀ ਭੈਣ ਦੇ ਨਾਲ ਪੰਜਾਬ ਪੁਲਿਸ ਵੱਲੋਂ ਝੂਠਾ ਮੁਕਾਬਲਾ ਬਣਾ ਦਿੱਤਾ ਗਿਆ ਸੀ, ਉਹਨਾਂ ਦੀ ਭੈਣ ਨੇ, ਪਰ ਭਾਈ ਸਾਹਿਬ ਲਈ ਸਗਿਆਂ ਨਾਲੋਂ ਵੀ ਵੱਧ ਨੇ। ਦੋਸਤੋ, ਇਹ ਸੀ ਜਾਣਕਾਰੀ ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ, ਜਿਨ੍ਹਾਂ ਨੇ ਸਿੱਖ ਕੌਮ ਅਤੇ ਸਿੱਖ ਧਰਮ ਲਈ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ।